ਆਸਟਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਲਸਣ ਵਾਲੀ ਸੀਨੀ ਬਣਾ ਕੇ ਦਿਖਾਵਾਂਗੇ ਵੀਡੀਓ ਦੇਖਦੇ ਹੋਣੇ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਗੇਓ ਆਜਾ ਫੇਪਾ ਬਣਾਉਣਾ ਸ਼ੁਰੂ ਕਰੀਏ ਅੱਜ ਆਪਾਂ ਬਣਾਉਣੀ ਆ ਬੇਸਨ ਦੀ ਲਸਣ ਵਾਲੀ ਸੀਨੀ ਬਣਾਵਾਂਗੇ ਗਾਰਲਿਕ ਵਾਲੀ ਠੀਕ ਆ ਆਪਾਂ ਇੱਕ ਲਵਾਂਗੇ ਬੋਲ ਇਹਦੇ ਚ ਪਾਵਾਂਗੇ ਆਪਾਂ ਤੇਲ ਸਨਫਲਾਵਰ ਮੈਂ ਤੇਲ ਲਿਆਇਆ ਜਿਹੜਾ ਮਰਜ਼ੀ ਪਾ ਸਕਦੇ ਆ ਜਿਹੜਾ ਮਰਜ਼ੀ ਵੈਜੀਟੇਬਲ ਪਾ ਲਓ ਸਨਫਲਾਵਰ ਪਾ ਲਓ ਜਿਹੜਾ ਮਰਜ਼ੀ ਪਾ ਸਕਦੇ ਹਣ ਸਰੋਂ ਦਾ ਨਹੀਂ 2 ਕੱਪ ਆਪਾਂ ਤੇਲ ਦੇ ਪਾਵਾਂਗੇ ਤੇ 2 ਹੀ ਪਾਉਣੇ ਆਪਾਂ ਇਹਦੇ ਚ ਪਾਣੀ ਦੇ ਠੀਕ ਆ ਐਨ ਜਿੱਦਾਂ ਭਰ ਕੇ ਤੇਲ ਦੇ ਪਾਏ ਆ ਇੱਦਾਂ ਪਾਣੀ ਦੇ ਪਾ ਲੈਣੇ ਆ। ਅੱਜ ਤੁਹਾਨੂੰ ਐਨ ਸੌਫਟ ਵਾਲੀ ਪਾਨ ਲਸਣ ਵਾਲੀ ਸੀਰਨੀ ਬਣਾ ਕੇ ਦਿਖਾਵਾਂਗੇ ਤੁਹਾਨੂੰ। ਹੁਣ ਆਪਾਂ ਤੇਲ ਨੂੰ ਨਾ ਮਿਕਸੀ ਦੇ ਨਾਲ ਇਹਨੂੰ ਐਨ ਬਲੈਂਡ ਕਰ ਦੇਣਾ ਜਿੰਨਾ ਚਿਰ ਇਹ ਐਨ ਫਲਫੀ ਨਹੀਂ ਹੋ ਜਾਂਦਾ। ਐਨ ਇਹਦਾ ਰੰਗ ਚੇਂਜ ਹੋ ਜਾਣਾ। ਇੱਦਾਂ ਦਾ ਚਿੱਟਾ-ਚਿੱਟਾ ਬਣ ਜਾਣਾ ਇਹ ਐਨ ਕਰੀਮੀ ਬਣਾ ਲੈਣਾ। ਇੱਦਾਂ ਕੱਲਾ ਰੰਗ ਨਹੀਂ ਚੇਂਜ ਕਰਨਾ ਹੈਗਾ। ਰੰਗ ਤਾਂ ਆਪਾਂ ਦੋ ਗਿੜੇ ਦਿੱਤੇ ਰੰਗ ਇਹਦਾ ਵਾਈਟ ਹੋ ਗਿਆ ਹਨਾ। ਇਹਨੂੰ ਐਨ ਫਲਫੀ ਕਰਨਾ ਹੈ ਹਨਾ। ਆਪਾਂ ਇਹਨੂੰ 10 ਮਿੰਟ ਚੰਗਾ ਆਇਆ ਨੀ ਬੀਟ ਕਰ ਲਿਆ ਤੇ ਲੋ ਆਹ ਦੇਖੋ ਉੱਤੇ ਏਦਾਂ ਹੁਣ ਝੱਗ ਝੱਗ ਆਉਣ ਲੱਪਈ ਏਦਾਂ ਹੋਣੀ ਚਾਹੀਦੀ ਹੈ ਨਾ ਫਿਰ ਇਹਦੇ ਨਾਲ ਜਿਹੜੀਆਂ ਆਪਣੀਆਂ ਸੀਨੀ ਬਣਾਉਣੀ ਆਪਾਂ ਉਹ ਬਹੁਤ ਸੌਫਟ ਬਣੂਗੀ ਏਦਾਂ ਹੋਣੀ ਚਾਹੀਦੀ ਬੱਬਲ ਉੱਤੇ ਹੈ ਨਾ ਅੱਧਾ ਇੱਕ ਟੇਬਲस्पून ਆਪਾਂ ਇਹਦੇ ਵਿੱਚ گارਲਿਕ ਦਾ ਜਿਹੜਾ ਆ ਉਹ ਪਾ ਦੇਣਾ ਜੇ ਤੁਹਾਡੇ ਕੋਲ ਪੇਸਟ ਨਹੀਂ ਹੈ ਗਈ ਤਾਂ ਤੁਸੀਂ ਇਹਦੇ ਵਿੱਚ ਡਰਾਈ ਪਾਊਡਰ ਜਿਹੜਾ ਹੁੰਦਾ ਉਹ ਵੀ ਪਾ ਸਕਦੇ ਜੇ ਡਰਾਈ ਵੀ ਹੈ ਨਹੀਂ ਘਰੇ ਲਸਣ ਹੈਗਾ ਆ ਉਹਨੂੰ ਚੰਗੀ ਤਰ੍ਹਾਂ ਪੀ ਲਓ ਪੀ ਕੇ ਤਾਂ ਉਹਨੂੰ ਚਮਚਕ ਪਾਣੀ ਦਾ ਪਾ ਕੇ ਤਾਂ ਉਹਦਾ ਪੇਸਟ ਇਦਾਂ ਕੱਪੜੇ ਦੇ ਨਾਲ ਨਿਚੋੜ ਕੇ ਉਹ ਵੀ ਪਾ ਸਕਦੇ ਹਾਂ ਹੁਣ ਆਪਾਂ ਇਹਦੇ ਚ ਪਾਵਾਂਗੇ ਲੂਣ 2 ਟੀस्पून ਮੈਂ ਪਾਉਣ ਲੱਗੀ ਹਾਂ ਵੱਧ ਘੱਟ ਤੁਸੀਂ ਕਰ ਸਕਦੇ ਆ ਤੇਲ ਦੇ ਹਿਸਾਬ ਨਾਲ ਹਨਾ ਹੁਣ 4 ਕੱਪ ਹੋਏ ਨੇ ਦੋ ਹੀ ਕੱਪ ਆਪਾਂ ਬੇਸਣ ਦੇ ਪਾਉਣੇ ਇਹਦੇ ਚ ਦੋ ਹੀ ਆਪਾਂ ਪਾਣੀ ਦੇ ਪਾਏ ਦੋ ਹੀ ਪਾਏ ਆਪਾਂ ਤੇਲ ਦੇ ਹਨਾ ਥੋੜੀ ਜੀ ਆਪਾਂ ਪਾਵਾਂਗੇ ਹਲਦੀ ਉਹ ਨਾਲ ਥੋੜਾ ਜਿਹਾ ਰੰਗ ਹੋ ਜਾਊਗਾ ਸਿਰਨੀ ਦਾ ਇੱਕ ਵਾਰੀ ਸਾਰੇ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਦਿੰਨੇ ਆ ਬਲੈਂਡਰ ਨਾਲ ਦੋ ਕੱਪ ਆਪਾਂ ਇਦਾਂ ਭਰ ਕੇ ਇਹਦੇ ਚ ਪਾਵਾਂਗੇ ਬੇਸਣ ਦੇ ਜੇ ਲੋਡ ਪਈ ਤਾਂ ਅੱਧਾ ਖੋਰ ਪਾ ਲਵ ਪਹਿਲਾਂ ਆਪਾਂ ਇਹਨੂੰ ਮਿਕਸ ਕਰਕੇ ਦੇਖਦੇ ਹਾਂ ਹੁਣ ਬਲੈਂਡਰ ਨੇ ਚਲਾਉਣੀ ਜੇ ਚਲਾਤੀ ਤਾਂ ਫਿਰ ਸਾਰਾ ਬੇਸਣ ਜਿਹੜਾ ਆ ਉੱਪਰ ਨੂੰ ਆ ਜਾਣਾ ਹਨਾ ਇੱਕ ਕੱਪ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਬੇਸਣ ਦਾ ਤੀਜਾ ਕੱਪ ਵੀ ਪਾਤਾ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਚੌਥਾ ਕੱਪ ਵੀ ਪਾਤਾ ਆਪਾਂ ਮੈਂ ਤੁਹਾਨੂੰ ਕਿਹਾ ਸੀ ਨਾ ਆਪਾਂ ਰਲਾ ਕੇ ਜਿੰਨਾ ਆਪਣਾ ਬੇਸਣ ਪਊਗਾ ਆਪਾਂ ਉਸ ਹਿਸਾਬ ਨਾਲ ਬੇਸਣ ਪਾਵਾਂਗੇ ਹਨਾ ਮੇਰੇ ਹਿਸਾਬ ਨਾਲ ਇਹਦੇ ਵਿੱਚ 5-6 ਕੱਪ ਪੈ ਜਾਣੇ ਹਨਾ ਕਿਉਂਕਿ 4 ਕੱਪ ਤਾਂ ਹੋ ਗਏ 2 ਕੱਪ ਪਾਣੀ ਦੇ ਹੋ ਗਏ 2 ਤੇਲ ਦੇ ਪਾਏ ਆਪਾਂ ਇਹਦੇ ਵਿੱਚ 6 ਪੈ ਜਾਣਗੇ ਆਪਾਂ 4 ਪਾਤੇ ਇਹਦੇ ਵਿੱਚ 6 ਕ ਆਪਣਾ 7ਵਾਂ ਵੀ ਪੈ ਗਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਵੀ ਮਿਕਸ ਕਰਨਾ ਫੇਰ ਬਲੈਂਡਰ ਦੇ ਨਾਲ ਇੱਕ ਵਾਰੀ ਘੁਮਾ ਦੇਵਾਂਗੇ ਇਹਨੂੰ ਹੁਣ ਆਪਾਂ ਇਹਦੇ ਚ ਬਲੈਂਡਰ ਜਿਹੜੀ ਆ ਹੱਥ ਨਾਲ ਸਾਰੀ ਸਾਫ਼ ਕਰ ਦੇਣੀ ਹੈ ਇਹਨਾਂ ਬਲੈਂਡਰ ਨਾਲ ਤਾਂ ਕੀਤਾ ਹੈ ਫੇਰ ਇਹਦਾ ਰੰਗ ਜਿਹੜਾ ਆ ਹੋਰ ਫਲਫੀ ਹੋ ਜਾਂਦਾ ਨਾਲੇ ਰੰਗ ਚੇਂਜ ਹੋ ਜਾਂਦਾ ਨਾਲੇ ਥੋੜਾ ਜਿਹਾ ਫਲਫੀ ਹੋ ਜਾਂਦਾ ਹੈ ਨਾ ਬੇਸਨ ਅੱਧਾ ਇੱਕ ਕੱਪ ਆਪਾਂ ਇਹਦੇ ਛੋੜ ਬੇਸਨ ਦਾ ਪਾਵਾਂਗੇ ਹੁਣ ਆਪਾਂ ਇਹਦੇ ਚ 8ਵਾਂ ਕੱਪ ਜਿਹੜਾ ਆ ਬੇਸਨ ਦਾ ਐਡ ਕਰਤਾ 2 ਕੱਪ ਪਾਣੀ ਦੇ 2 ਕੱਪ ਤੇਲ ਦੇ ਤੇ 8 ਕੱਪ ਬੇਸਨ ਦੇ ਹੁਣ ਇਹਨੂੰ ਆਪਾਂ ਹੱਥ ਦੇ ਨਾਲ ਸਾਰਾ ਮਿਕਸ ਕਰਾਂਗੇ ਐਨ ਚੰਗੀ ਤਰ੍ਹਾਂ ਨਾਲ ਮਸਲ ਮਸਲ ਕੇ ਐਨ ਨਾਈਸ ਹਨ ਹੱਥ ਤੋਂ ਥੋਲੇ ਸਵਾਰ ਕੇ ਆਪਣੇ ਜੇ ਲੋਨ ਤੁਹਾਨੂੰ ਘੱਟ ਲੱਗੇ ਤੇ ਤੁਸੀਂ ਲੋਨ ਹੋਣ ਇਹਦੇ ਚ ਪਾ ਸਕਦੇ ਹਨਾ ਹੁਣ ਇਹਨੂੰ ਆਪਾਂ ਇਦਾਂ ਹੱਥਾਂ ਦੇ ਨਾਲ ਐਨ ਚੰਗੀ ਤਰ੍ਹਾਂ ਮਸਲ ਦੇਣਾ ਇਹਨੂੰ ਫੇਰ ਵੀ ਹੱਥ ਦੇ ਨਾਲ ਵੀ ਐਨ ਬਲੈਂਡ ਵਾਂਗੂ ਕਰ ਦੇਣਾ ਵੀ ਇਹਦਾ ਜਿਹੜਾ ਕਲਰ ਹੈ ਐਨ ਚੇਂਜ ਹੋ ਜਵੇ ਹਨਾ ਖਾਣਾ ਇਕੱਲਾ ਸੌਖਾ ਆ ਮਿਹਨਤ ਤਾਂ ਕਰਨੀ ਪੈਂਦੀ ਜੇ ਜੀ ਖਾਣੀ ਹੋਵੇ ਹਨਾ ਇਸ ਕਰਕੇ ਇਹਦੀ ਮਿਹਨਤ ਹੈਗੀ ਥੋੜੀ ਜਿਆਦੇ ਮੈਨੂੰ ਇਹਨੂੰ ਹੁਣ ਹਲਾਉਂਦੀ ਨੂੰ ਨਾ ਅੱਧਾ ਘੰਟਾ ਹੀ ਹੋ ਗਿਆ ਇਨ ਮੈਨ ਇਦਾਂ ਹੱਥ ਤੇ ਮਾਰੀ ਦਾ ਗੋਲ ਗੋਲ ਘੁਮਾ ਘੁਮਾ ਕੇ ਨਾਲੇ ਤੇ ਫਲਫੀ ਜਿਹਾ ਹੋ ਜਾਂਦਾ ਨਾਲੇ ਐਨ ਬੇਸਨ ਜਿਹੜਾ ਮਿਕਸ ਹੋ ਜਾਂਦਾ ਹੁਣ ਇਹਨੂੰ ਸਾਰਾ ਐਨ ਇਕੱਠਾ ਕਰਕੇ ਤੇ ਇਹਨੂੰ ਅੱਧਾ ਘੰਟੇ ਰੈਸਟ ਕਰ ਦੇਣਾ ਹੁਣ ਇਹਨੂੰ ਇਦਾਂ ਸਪੈਚੁਲਰ ਨੂੰ ਨਾ ਮੜਾ ਜਾ ਤੇਲ ਲਾ ਕੇ ਤੇਲ ਲਾ ਕੇ ਇਹਨੂੰ ਸਾਰਾ ਇਦਾਂ ਸਾਈਡਾਂ ਤੋਂ ਇਕੱਠਾ ਕਰ ਦੇਣਾ ਐਨ ਇਕੱਠਾ ਕਰਕੇ ਤੇ ਇਹਨੂੰ ਵੀ ਆਪਾਂ ਰੱਖ ਦੇਣਾ ਅੱਧੇ ਘੰਟੇ ਲਈ ਤੇ ਆਪਾਂ ਫੇਰ ਤੁਹਾਨੂੰ ਲਸਣੀ ਬਣਾ ਕੇ ਦਿਖਾਉਨੇ ਇਹ ਤੇ ਆਪਾਂ ਇਦਾਂ ਕਲਿੰਗ ਫਿਲਮ ਦੇ ਨਾਲ ਇਹਨੂੰ ਢੱਕ ਦੇਣਾ ਜੇ ਪਲੇਟ ਪਰ ਉਠਾਈ ਦੀ ਪਲੇਟ ਨਾ ਢੱਕ ਦਿਓ ਜੇ ਨਾ ਤਾਂ ਇੰਨਾ ਉਧਰ ਪਕੜਾਈ ਚ ਪੋਨੇ ਤੇਲ ਤੇ ਆਹ ਵਾਲੀ ਮਸ਼ੀਨ ਦੇ ਨਾਲ ਆਪਾਂ ਕੱਢਾਂਗੇ ਆਪਣੇ ਇੰਡੀਅਨ ਸ਼ੌਪ ਤੋਂ ਮਿਲ ਜਾਂਦੀ ਇਹ ਇਹਦੇ ਨਾਲ ਆਪਾਂ ਇਦਾਂ ਦੀ ਨਾ ਮੋਟੀ ਨਾ ਪਤਲੀ ਆਹ ਵਾਲੀ ਜਾਲੀ ਲਾ ਕੇ ਕੱਢਾਂਗੇ ਸੀਗੇ ਅੱਧਾ ਘੰਟਾ ਹੋ ਗਿਆ ਇਹਨੂੰ ਪੈ ਇਹਨੂੰ ਹੁਣ ਆਪਾਂ ਉਤੋਂ ਇਹਨੂੰ ਕਲਿੰਗ ਫਿਲਮ ਲਾ ਦੇਣੀ ਆ ਤੇ ਜਿਹੜੀ ਆਪਾਂ ਮਸ਼ੀਨ ਲਈ ਆ ਇਹਨੂੰ ਮੈਂ ਬਰਸ਼ ਦੇ ਨਾਲ ਸਾਰੇ ਅੰਦਰ ਤੇਲ ਜਿੱਦਾਂ ਮੜਾ ਮੜਾ ਲਾ ਲਿਆ ਫਿਰ ਜਿੱਦਾਂ ਨਾਲ ਨਹੀਂ ਜੁੜੂਗਾ ਹਨਾ ਹੁਣ ਇਹਨੂੰ ਵੀ ਦ ਹੱਥ ਤੇ ਮੜ ਜਾ ਤੇਲ ਪਾ ਕੇ ਇਦਾਂ ਦਾ ਚੀਕਣਾ ਜਿਹਾ ਇਹ ਹੋਣਾ ਚਾਹੀਦਾ ਹਨਾ ਜਿਆਦਾ ਨਾ ਪਤਲਾ ਤੇ ਨਾ ਜਿਆਦਾ ਹਾਰਡ ਹਨਾ ਇਨੂੰ ਇਦਾਂ ਆਪਾਂ ਇਹਦੇ ਚ ਪਾ ਦੇਣਾ ਉਧਰ ਆਪਣਾ ਤੇਲ ਹੋ ਗਿਆ ਗਰਮ ਇਹਨੂੰ ਇਦਾਂ ਇਹਦੇ ਤੇ ਆਪਾਂ ਕਸ ਦੇਣਾ ਇਹ ਆਪਣੇ ਇੰਡੀਅਨ ਸ਼ੌਪ ਤੋਂ ਮਿਲ ਜਾਂਦੀ ਹੈ ਮਸ਼ੀਨ ਇਹ ਸਸਤੀ ਹੈ ਇਹ ਬਾਲੀ ਮਹਿੰਗੀ ਨਹੀਂ ਹੈਗੀ ਇਹਨੂੰ ਇਦਾਂ ਕਸ ਦੇਣਾ ਨਾਲ ਤੇਲ ਆਪਣਾ ਪਰਾਇ ਚ ਗਰਮ ਹੋ ਗਿਆ ਤੇ ਹੁਣ ਆਹਨੂੰ ਆਪਾਂ ਉੱਤੋਂ ਇਦਾਂ ਪ੍ਰੈਸ ਕਰੀ ਜਾਣਾ ਤੇ ਆਪਣੀ ਲਸਣੀ ਜਿਹੜੀ ਆ ਬਹੁਤ ਸੋਹਣੀ ਹੈ ਰੈਡੀ ਹੋ ਜਾਣੀ ਆ ਥੋੜੀ ਥੋੜੀ ਪਾ ਕੇ ਗੈਸ ਜਿਹੜਾ ਹੈ ਮੀਡੀਅਮ ਰੱਖਣਾ ਹੈ ਬਾਲਾ ਨਹੀਂ ਹੋ ਕਰਨਾ ਹੈਗਾ ਨਾ ਤੇਜ਼ ਇਹ ਦੇਖੇ ਦਾ ਰੰਗ ਕਿੰਨਾ ਸੋਹਣਾ ਬਣ ਆਇਆ ਚਿੱਟੀ-ਚਿੱਟੀ ਇਹ ਬਣਨੀ ਹੈ ਹਨਾ ਸਾਈਜ਼ ਮੋਟਾ ਪਤਲਾ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਇਹ ਨਾਲ ਨਾਲ ਈਦਾ ਹਲਾਈ ਜਾਣਾ ਹਨਾ ਲੱਛੇ ਜਿਹਾ ਬਣਾ ਲਓ ਜਿੱਦਾ ਮਰਜੀ ਇਹਨੂੰ ਕੱਢ ਲਓ ਹੁਣ ਆਪਾਂ ਸਾਰੀ ਈਦਾ ਕੱਢ ਲਈਏ ਤਾਂ ਫਿਰ ਤੁਹਾਨੂੰ ਵੀਡੀਓ ਦੀ ਐਂਡਿੰਗ ਕਰਕੇ ਦਿਖਾਉਣੀ ਹੈ ਅੱਜ ਆਪਾਂ ਨੂੰ ਨਾਲ ਇੱਕ ਬੰਦੇ ਦੀ ਹੈਲਪ ਲੈਣੀ ਪਈ ਉਹ ਨਾਲ ਨਾਲ ਕੱਢੂਗਾ ਤੇ ਕਰਕੇ ਹੱਥ ਜਦੋਂ ਫੇ ਤੇਲੀ ਜਿਹਾ ਹੋ ਜਾਂਦੇ ਨਾ ਤੇ ਫਿਰ ਉਹ ਮਸ਼ੀਨ ਚੱਲਦੀ ਨਹੀਂ ਈਦਾਂ ਨਾਲ ਨਾਲ ਆਪਾਂ ਇਹਨੂੰ ਜਿਆਦਾ ਜਿਹਦਾ ਡਾਰ ਉਹ ਨਹੀਂ ਕਰਨੀ ਰਾੜ ਨਹੀਂ ਨਹੀਂ ਹੈਗੀ ਐਨ ਲਾਈਟ ਜਾਂ ਕਲਰ ਰੱਖਣਾ ਇਹਦਾ ਇਦਾਂ ਦਾ ਇਹਨਾਂ ਦਾ ਰੰਗ ਰੱਖਣਾ ਹੈ ਆਪਾਂ ਤੇ ਹੁਣ ਇਹਨੂੰ ਆਪਾਂ ਸ਼ਾਨਣੀ ਚ ਕੱਢ ਲੈਣਾ ਇਦਾਂ ਚਾਲੀ ਚ ਕੱਢ ਲੈਣਾ ਇਦਾਂ ਦਾ ਰੰਗ ਲਾਈਟ ਜਿਹਾ ਰੱਖਣਾ ਹੈ ਇਹਦਾ ਹਨਾ ਜਿਆਦਾ ਨਹੀਂ ਜਿੱਦਾਂ ਲੂਣੀ ਜਿਹੀ ਨਹੀਂ ਹੈਗੀ ਇਹ ਹੁਣ ਇਹਨੂੰ ਆਪਾਂ ਇਦਾਂ ਚਾਲੀ ਚ ਕੱਢ ਲੈਣਾ ਸਾਰੀ ਬਣਾ ਕੇ ਤਾਂ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਲਓ ਜੀ ਆਪਾਂ ਸਾਰੀ ਜਿਹੜੀ ਆ ਲੂਣ ਵਾਲੀ ਲਸਣੀ ਆਪਾਂ ਕੱਢ ਲਈ ਆ ਤੇ ਇਹ ਹੁਣ ਠੰਡੀ ਹੋ ਗਈ ਆ ਮੈਂ ਇਦਾਂ ਆਟੇ ਵਾਲਾ ਬੈਗ ਜਿਹੜਾ ਹੁੰਦਾ ਨਾ ਆਪਾਂ ਉਹ ਖਾਲੀ ਕਰਕੇ ਆ ਇਹਨੂੰ ਨੂੰ ਨਾਈਸ ਸਾਫ਼ ਕਰਕੇ ਉਹਦੇ ਤੇ ਕੱਢ ਲਈਏ ਫਿਰ ਇਦਾਂ ਭੋਰਾ ਥੱਲੇ ਤੇਲ ਜਿਹੜਾ ਆ ਲੱਗ ਜਾਂਦਾ ਹਨਾ ਨੂੰ ਲੁੱਕ ਆ ਲੈ ਕਿੰਨੀ ਕ੍ਰਾਂਚੀ ਬਣੀ ਠੰਡੀ ਹੋਗੇ ਨਾ ਹੁਣੇ ਹੁਣੇ ਨੂੰ ਆਪਾਂ ਪਾ ਕੇ ਲਫਾ ਵਿੱਚ ਤੇ ਅਸੀਂ ਰੱਖ ਲਈ ਖਾਣ ਨੂੰ ਵੀਡੀਓ ਜੇ ਦੇਖਦੇ ਹੋ ਨੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਥੈਂਕ ਯੂ ਵੈਰੀ ਮੱਚ ਥੈਂਕ ਯੂ